ਰੰਧਾਵਾ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੈ ਔਰ ਸ਼ੁਭ ਇਸ਼ਾਵਾਂ ਸਾਡੇ ਵਾਸਤੇ। ਤਾਂ ਕੋਈ ਆਵੇ, ਅਸੀਂ ਤਾਂ ਕਾਂਗਰਸ ਦੇ ਜਿਹੜੀ ਮਾੜੀ ਨੀਤੀ ਹੈ ਉਹਦੇ ਖਿਲਾਫ ਜਿਹੜੀ ਹੈ ਉਹ ਗੱਲ ਕਰ, ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਇੰਨੇ ਦਿਨ ਦੀ ਜਿਹੜੀ ਹੈ ਉਡੀਕ ਕਰ ਰਹੇ ਸੀ, ਕਿਉਂਕਿ ਖੇਡਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਖਿਡਾਰੀ ਸਾਰੇ ਪੂਰੇ ਹੋਣ। ਤਾਂ ਅੱਜ ਜਿਹੜੇ ਹੈਗੇ ਆ ਬੜੀ ਦੇਰ ਬਾਅਦ ਕਾਂਗਰਸ ਨੇ ਫੈਸਲਾ ਕੀਤਾ, ਇਸ ਕਰਕੇ ਰੰਧਾਵਾ ਸਾਹਿਬ ਨੂੰ ਵਧਾਈ ਹੈ। ਔਰ ਮੈਦਾਨ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਆ ਪਾਰਟੀਆਂ ਦੀ ਜੋ ਨੀਤੀਆਂ ਨੇ, ਜੋ ਪਾਰਟੀਆਂ ਦੀ ਆਪੋ ਆਪਣੀ ਕਾਰਗੁਜ਼ਾਰੀ ਹੈ ਉਹਦੀ ਖੁੱਲ੍ਹ ਕੇ ਗੱਲ ਕਰਾਂ। ਰੰਧਾਵਾ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੈ ਔਰ ਸ਼ੁਭ ਇਸ਼ਾਵਾਂ ਸਾਡੇ ਵਾਸਤੇ। ਤਾਂ ਕੋਈ ਆਵੇ, ਅਸੀਂ ਤਾਂ ਕਾਂਗਰਸ ਦੇ ਜਿਹੜੀ ਮਾੜੀ ਨੀਤੀ ਹੈ ਉਹਦੇ ਖਿਲਾਫ ਜਿਹੜੀ ਹੈ ਉਹ ਗੱਲ ਕਰ, ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਇੰਨੇ ਦਿਨ ਦੀ ਜਿਹੜੀ ਹੈ ਉਡੀਕ ਕਰ ਰਹੇ ਸੀ, ਕਿਉਂਕਿ ਖੇਡਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਖਿਡਾਰੀ ਸਾਰੇ ਪੂਰੇ ਹੋਣ। ਤਾਂ ਅੱਜ ਜਿਹੜੇ ਹੈਗੇ ਆ ਬੜੀ ਦੇਰ ਬਾਅਦ ਕਾਂਗਰਸ ਨੇ ਫੈਸਲਾ ਕੀਤਾ, ਇਸ ਕਰਕੇ ਰੰਧਾਵਾ ਸਾਹਿਬ ਨੂੰ ਵਧਾਈ ਹੈ। ਔਰ ਮੈਦਾਨ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਆ ਪਾਰਟੀਆਂ ਦੀ ਜੋ ਨੀਤੀਆਂ ਨੇ, ਜੋ ਪਾਰਟੀਆਂ ਦੀ ਆਪੋ ਆਪਣੀ ਕਾਰਗੁਜ਼ਾਰੀ ਹੈ ਉਹਦੀ ਖੁੱਲ੍ਹ ਕੇ ਗੱਲ ਕਰਾਂ। ਰੰਧਾਵਾ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੈ ਔਰ ਸ਼ੁਭ ਇਸ਼ਾਵਾਂ ਸਾਡੇ ਵਾਸਤੇ। ਤਾਂ ਕੋਈ ਆਵੇ, ਅਸੀਂ ਤਾਂ ਕਾਂਗਰਸ ਦੇ ਜਿਹੜੀ ਮਾੜੀ ਨੀਤੀ ਹੈ ਉਹਦੇ ਖਿਲਾਫ ਜਿਹੜੀ ਹੈ ਉਹ ਗੱਲ ਕਰ, ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਇੰਨੇ ਦਿਨ ਦੀ ਜਿਹੜੀ ਹੈ ਉਡੀਕ ਕਰ ਰਹੇ ਸੀ, ਕਿਉਂਕਿ ਖੇਡਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਖਿਡਾਰੀ ਸਾਰੇ ਪੂਰੇ ਹੋਣ। ਤਾਂ ਅੱਜ ਜਿਹੜੇ ਹੈਗੇ ਆ ਬੜੀ ਦੇਰ ਬਾਅਦ ਕਾਂਗਰਸ ਨੇ ਫੈਸਲਾ ਕੀਤਾ, ਇਸ ਕਰਕੇ ਰੰਧਾਵਾ ਸਾਹਿਬ ਨੂੰ ਵਧਾਈ ਹੈ। ਔਰ ਮੈਦਾਨ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਆ ਪਾਰਟੀਆਂ ਦੀ ਜੋ ਨੀਤੀਆਂ ਨੇ, ਜੋ ਪਾਰਟੀਆਂ ਦੀ ਆਪੋ ਆਪਣੀ ਕਾਰਗੁਜ਼ਾਰੀ ਹੈ ਉਹਦੀ ਖੁੱਲ੍ਹ ਕੇ ਗੱਲ ਕਰਾਂ। ਰੰਧਾਵਾ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੈ ਔਰ ਸ਼ੁਭ ਇਸ਼ਾਵਾਂ ਸਾਡੇ ਵਾਸਤੇ। ਤਾਂ ਕੋਈ ਆਵੇ, ਅਸੀਂ ਤਾਂ ਕਾਂਗਰਸ ਦੇ ਜਿਹੜੀ ਮਾੜੀ ਨੀਤੀ ਹੈ ਉਹਦੇ ਖਿਲਾਫ ਜਿਹੜੀ ਹੈ ਉਹ ਗੱਲ ਕਰ, ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਇੰਨੇ ਦਿਨ ਦੀ ਜਿਹੜੀ ਹੈ ਉਡੀਕ ਕਰ ਰਹੇ ਸੀ, ਕਿਉਂਕਿ ਖੇਡਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਖਿਡਾਰੀ ਸਾਰੇ ਪੂਰੇ ਹੋਣ। ਤਾਂ ਅੱਜ ਜਿਹੜੇ ਹੈਗੇ ਆ ਬੜੀ ਦੇਰ ਬਾਅਦ ਕਾਂਗਰਸ ਨੇ ਫੈਸਲਾ ਕੀਤਾ, ਇਸ ਕਰਕੇ ਰੰਧਾਵਾ ਸਾਹਿਬ ਨੂੰ ਵਧਾਈ ਹੈ। ਔਰ ਮੈਦਾਨ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਆ ਪਾਰਟੀਆਂ ਦੀ ਜੋ ਨੀਤੀਆਂ ਨੇ, ਜੋ ਪਾਰਟੀਆਂ ਦੀ ਆਪੋ ਆਪਣੀ ਕਾਰਗੁਜ਼ਾਰੀ ਹੈ ਉਹਦੀ ਖੁੱਲ੍ਹ ਕੇ ਗੱਲ ਕਰਾਂ। ਰੰਧਾਵਾ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੈ ਔਰ ਸ਼ੁਭ ਇਸ਼ਾਵਾਂ ਸਾਡੇ ਵਾਸਤੇ। ਤਾਂ ਕੋਈ ਆਵੇ, ਅਸੀਂ ਤਾਂ ਕਾਂਗਰਸ ਦੇ ਜਿਹੜੀ ਮਾੜੀ ਨੀਤੀ ਹੈ ਉਹਦੇ ਖਿਲਾਫ ਜਿਹੜੀ ਹੈ ਉਹ ਗੱਲ ਕਰ, ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਇੰਨੇ ਦਿਨ ਦੀ ਜਿਹੜੀ ਹੈ ਉਡੀਕ ਕਰ ਰਹੇ ਸੀ, ਕਿਉਂਕਿ ਖੇਡਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਖਿਡਾਰੀ ਸਾਰੇ ਪੂਰੇ ਹੋਣ। ਤਾਂ ਅੱਜ ਜਿਹੜੇ ਹੈਗੇ ਆ ਬੜੀ ਦੇਰ ਬਾਅਦ ਕਾਂਗਰਸ ਨੇ ਫੈਸਲਾ ਕੀਤਾ, ਇਸ ਕਰਕੇ ਰੰਧਾਵਾ ਸਾਹਿਬ ਨੂੰ ਵਧਾਈ ਹੈ। ਔਰ ਮੈਦਾਨ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਆ ਪਾਰਟੀਆਂ ਦੀ ਜੋ ਨੀਤੀਆਂ ਨੇ, ਜੋ ਪਾਰਟੀਆਂ ਦੀ ਆਪੋ ਆਪਣੀ ਕਾਰਗੁਜ਼ਾਰੀ ਹੈ ਉਹਦੀ ਖੁੱਲ੍ਹ ਕੇ ਗੱਲ ਕਰਾਂ। ਰੰਧਾਵਾ ਸਾਹਿਬ ਨੂੰ ਬਹੁਤ ਬਹੁਤ ਵਧਾਈ ਹੈ ਔਰ ਸ਼ੁਭ ਇਸ਼ਾਵਾਂ ਸਾਡੇ ਵਾਸਤੇ। ਤਾਂ ਕੋਈ ਆਵੇ, ਅਸੀਂ ਤਾਂ ਕਾਂਗਰਸ ਦੇ ਜਿਹੜੀ ਮਾੜੀ ਨੀਤੀ ਹੈ ਉਹਦੇ ਖਿਲਾਫ ਜਿਹੜੀ ਹੈ ਉਹ ਗੱਲ ਕਰ, ਇਸ ਕਰਕੇ ਅਸੀਂ ਤਾਂ ਇੰਤਜ਼ਾਰ ਕਰ ਰਹੇ ਸੀ ਇੰਨੇ ਦਿਨ ਦੀ ਜਿਹੜੀ ਹੈ ਉਡੀਕ ਕਰ ਰਹੇ ਸੀ, ਕਿਉਂਕਿ ਖੇਡਣ ਦਾ ਮਜ਼ਾ ਉਦੋਂ ਹੀ ਆਉਂਦਾ ਜਦੋਂ ਖਿਡਾਰੀ ਸਾਰੇ ਪੂਰੇ ਹੋਣ। ਤਾਂ ਅੱਜ ਜਿਹੜੇ ਹੈਗੇ ਆ ਬੜੀ ਦੇਰ ਬਾਅਦ ਕਾਂਗਰਸ ਨੇ ਫੈਸਲਾ ਕੀਤਾ, ਇਸ ਕਰਕੇ ਰੰਧਾਵਾ ਸਾਹਿਬ ਨੂੰ ਵਧਾਈ ਹੈ। ਔਰ ਮੈਦਾਨ ਦੇ ਵਿੱਚ ਲੋਕਾਂ ਦੇ ਵਿੱਚ ਜਿਹੜੀ ਆ ਪਾਰਟੀਆਂ ਦੀ ਜੋ ਨੀਤੀਆਂ ਨੇ, ਜੋ ਪਾਰਟੀਆਂ ਦੀ ਆਪੋ ਆਪਣੀ ਕਾਰਗੁਜ਼ਾਰੀ ਹੈ ਉਹਦੀ ਖੁੱਲ੍ਹ ਕੇ ਗੱਲ ਕਰਾਂ।